5 tips to shoot like a pro. First point will be include a story element. Second point will be select a location that will enhance. Third point will be try different angles. Last point would be make proper use of the. And lastly, I would like to add one more box. Hello everyone, welcome back to our channel, and in this video we will learn about 5 tips to shoot like a pro if you are shooting a outfit shoot. So first point will be include a story element. ਜਦੋਂ ਵੀ ਤੁਸੀਂ ਕੋਈ ਵੀ ਸ਼ੂਟ ਪਲਾਨ ਕਰਦੇ ਹੋ, ਫੋਰ ਐਗਜ਼ਾਮਪਲ ਅਗਰ ਤੁਸੀਂ ਇਸ ਤਰ੍ਹਾਂ ਦਾ ਕੁਝ ਆਊਟਫਿਟ ਸ਼ੂਟ ਪਲਾਨ ਕਰ ਰਹੇ ਹੋ, ਤਾਂ ਉਹਦੇ ਵਿੱਚ ਇੱਕ ਸਟੋਰੀ ਐਲੀਮੈਂਟ ਪਾਉਣ ਦੀ ਕੋਸ਼ਿਸ਼ ਕਰੋ। ਦੇਖੋ ਤੁਹਾਡੇ ਕੋਲ ਕੀ ਮਾਡਲਸ ਨੇ, ਕਿੰਨੇ ਮਾਡਲਸ ਨੇ, ਅਤੇ ਉਹਦੇ ਹਿਸਾਬ ਨਾਲ ਇੱਕ ਸਟੋਰੀ ਕਾਈਂਡ ਆਫ ਚੀਜ਼ ਬਣਾਓ। ਉਹਦੇ ਨਾਲ ਕੀ ਹੈ, ਇੱਕ ਤੁਹਾਡਾ ਸ਼ੂਟ ਬਹੁਤ ਰਿਲੇਟੇਬਲ ਲੱਗਦਾ, ਇੰਟਰਸਟਿੰਗ ਬਣਦਾ, ਅਤੇ ਜਿਹੜਾ ਵੀ ਤੁਹਾਡਾ ਆਡੀਅੰਸ ਹੈ ਦੇਖਣ ਵਾਲਾ, ਉਹਨੂੰ ਐਂ ਲੱਗਦਾ ਕਿ ਮੈਂ ਕੋਈ ਇੱਕ ਸਟੋਰੀ ਦੇਖ ਰਿਹਾ। Second point will be select a location that will enhance the outfit of a model. So ਉਦਾਂ ਦੀ location select ਕਰੋ ਜਿਹਦੇ ਨਾਲ ਜਿਹੜੀ outfit ਆ ਉਹ rich ਲੱਗੇ, royal ਲੱਗੇ, so that ਇੱਕ ਜੋ ਵੀ person ਤੁਹਾਡੇ ਤੋਂ shoot ਕਰਵਾ ਰਿਹਾ ਆਪਦੀ outfits ਦੀ, ਤਾਂ ਉਹਨੂੰ ਇੱਕ value for money ਮਿਲੇ, ਇੱਕ ਇੱਦਾਂ ਦੀ output ਮਿਲੇ ਜਿਹਦੇ ਨਾਲ ਉਹਦੀ outfits rich ਲੱਗਣ, ਉਹਦੀ outfits expensive ਲੱਗਣ। Third point will be try different angles, different poses. Example, you have 3 models, try to mix match them. ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਡਿਫਰੈਂਟ ਐਂਗਲਸ ਤੋਂ ਸ਼ੂਟ ਕਰੋ, ਪੋਜ਼ਿਸ ਡਿਫਰੈਂਟ ਡਿਫਰੈਂਟ ਟਰਾਈ ਕਰੋ, ਅਤੇ ਜਿੰਨੇ ਵੀ ਤੁਹਾਡੇ ਕੋਲ ਮਾਡਲਸ ਨੇ, ਫੋਰ ਐਗਜ਼ਾਮਪਲ ਇਹਦੇ ਵਿੱਚ ਸਾਡੇ ਕੋਲ ਇੱਕ ਮਦਰ ਸੀਗੇ, ਇੱਕ ਬ੍ਰਾਈਡ ਅਸੀਂ ਬਣਾਏ ਅਤੇ 2 ਬ੍ਰਾਈਡਸ ਮੇਡ ਨੇ, ਤਾਂ ਉਹਦੇ ਨਾਲ ਅਸੀਂ ਇੱਕ ਡਿਫਰੈਂਟ ਮਿਕਸ ਮੈਚ ਕੀਤਾ। ਪਹਿਲਾਂ ਉਹਨਾਂ ਦੇ ਇੰਡੀਵਿਜੁਅਲ ਸ਼ੋਟਸ ਲਏ, ਉਹ ਵੀ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਅਤੇ ਡਿਫਰੈਂਟ ਪੋਜ਼ਿਸ, ਸਿਟਿੰਗ ਪੋਜ਼ਿਸ, ਫਿਰ ਸਟੈਂਡਿੰਗ ਪੋਜ਼ਿਸ ਕੁਛ ਰੱਖੇ, ਤਾਂ ਉਹਨਾਂ ਨੂੰ ਮਿਕਸ ਮੈਚ ਤੁਸੀਂ ਅਕੋਰਡਿੰਗਲੀ ਕਰਨਾ, ਡਿਫਰੈਂਟ ਐਂਗਲਸ ਤੋਂ ਲੈਣਾ, ਡਿਫਰੈਂਟ ਸਪੋਟਸ ਯੂਜ ਕਰਨੇ ਆ। ਦ ਨੈਕਸਟ ਪੁਆਇੰਟ ਵੁੱਲ ਬੀ ਗਿਵ ਈਕੁਅਲ ਟਾਈਮ ਐਂਡ ਐਨਰਜੀ ਟੂ ਈਚ ਆਫ ਯੋਰ ਮਾਡਲ। ਯੂਜਲੀ ਕੀ ਹੁੰਦਾ, ਆਪਾਂ ਜਦੋਂ ਵੀ ਸ਼ੂਟ 'ਤੇ ਜਾਂਦੇ ਹਾਂ, ਆਪਣਾ ਕੋਈ ਇੱਕ ਫੇਵਰੇਟ ਪਰਸਨ ਬਣ ਜਾਂਦਾ, ਆਪਾਂ ਆਪਣਾ ਪੂਰਾ ਟਾਈਮ ਐਂਡ ਐਨਰਜੀ ਉਸੇ ਪਰਸਨ ਨੂੰ ਦਿੰਦੇ ਰਹਿੰਦੇ ਹਾਂ, ਬੀਂਗ ਅ ਫੋਟੋਗ੍ਰਾਫਰ, ਬੀਂਗ ਅ ਵੀਡੀਓਗ੍ਰਾਫਰ ਆਲਸੋ। ਬਟ ਇਟਸ ਆਰ ਡਿਊਟੀ ਐਜ਼ ਅ ਪ੍ਰੋਫੈਸ਼ਨਲ, ਅਗਰ ਆਪਾਂ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਜਾਂ ਵੀਡੀਓਗ੍ਰਾਫਰ ਹੈ, ਆਪਣੀ ਡਿਊਟੀ ਹੈ ਕਿ ਜੋ ਪਰਸਨ ਵਧੀਆ ਪਰਫੋਰਮ ਨਹੀਂ ਵੀ ਕਰ ਪਾ ਰਿਹਾ ਜਾਂ ਉਸ ਐਕਸਟੈਂਟ ਤੱਕ ਆਪਣਾ ਬੈਸਟ ਨਹੀਂ ਦੇ ਪਾ ਰਿਹਾ, ਉਹਦੇ ਵਿੱਚੋਂ ਬੈਸਟ ਕੱਢਣਾ ਹੋਣਾ ਕਿਵੇਂ ਹੈ। ਸੋ ਆਪਣੀ ਡਿਊਟੀ ਆ, ਸੋ ਹਰੇਕ ਨੂੰ ਈਕੁਅਲ ਇੰਪੋਰਟੈਂਸ, ਈਕੁਅਲ ਓਪਰਚੁਨਿਟੀ ਦੇਣੀ ਆਪਣੀ ਰਿਸਪੋਂਸੀਬਿਲਿਟੀ ਹੈ। Fifth and the last point would be make proper use of the location. Like, don't photograph all the models at same spot. Use your creativity and make every shot stand out. Usually kya hunda hai, appa ikko spot te ਕਰਨ ਲੱਗ ਜਾਂਦੇ, ਜਦੋਂ ਆਪਾਂ ਨੂੰ ਇੱਕ ਸਪੋਟ ਦੀ ਜਾਂ ਫਰੇਮਿੰਗ ਵਧੀਆ ਲੱਗਦੀ ਹੈ, ਆਪਣੀ ਕੰਪੋਜੀਸ਼ਨ ਉੱਥੇ ਵਧੀਆ ਨਿਕਲ ਰਹੀ ਹੈ, ਬਟ ਉਹਦੇ ਨਾਲ ਕੀ ਹੈ, ਸ਼ੂਟ 'ਚ ਇੱਕ ਨਹੀਂ ਜਾਨ ਨਹੀਂ ਪੈਂਦੀ, ਤੁਸੀਂ ਉਹੀ ਚੀਜ਼ ਦੁਆਰਾ ਕਰਦੇ ਰਹਿੰਦੇ ਹੋ, ਉਹੀ ਪੋਜ਼ਿਸ ਦੁਆਰਾ ਕਰਦੇ ਰਹਿੰਦੇ ਹੋ। ਸੋ ਹਮੇਸ਼ਾ ਮੇਕ ਸ਼ੋਰ ਕਰੋ ਕਿ ਤੁਸੀਂ ਜਦੋਂ ਵੀ ਕਿਸੇ ਸ਼ੂਟ ਲਈ ਜਾਂਦੇ ਹੋ, ਪਹਿਲਾਂ ਲੋਕੇਸ਼ਨ 'ਤੇ ਥੋੜ੍ਹਾ ਅਰਲੀ ਪਹੁੰਚੋ, ਲੋਕੇਸ਼ਨ ਨੂੰ ਚੰਗੀ ਤਰ੍ਹਾਂ ਦੇਖ ਲਓ ਕਿ ਮੈਂ ਇੱਥੇ ਡਿਫਰੈਂਟ ਚੀਜ਼ਾਂ ਕਰ ਸਕਦਾ, ਫਿਰ ਆਊਟਫਿਟ ਦੇ ਕਲਰਸ ਦੇ ਅਕੋਰਡਿੰਗ ਤੁਸੀਂ ਬੈਕਡਰੋਪ ਆਪਣਾ ਚੂਜ਼ ਕਰੋ, ਐਂਡ ਟਰਾਈ ਕਿ ਜਿਹੜਾ ਤੁਹਾਡਾ ਬੈਕਗਰਾਊਂਡ ਹੈ ਉਹਦੇ 'ਚ ਡਿਸਟਰੈਕਸ਼ਨ ਐਲੀਮੈਂਟਸ ਬਹੁਤ ਘੱਟ ਤੋਂ ਘੱਟ ਹੋਣ, ਬਹੁਤ ਕਲਟਰਡ ਨਾ ਲੱਗੇ, ਬਹੁਤ ਜ਼ਿਆਦਾ ਐਂ ਨਾ ਲੱਗੇ ਕਿ ਖਲਾਰਾ ਪਿਆ ਹੋਇਆ ਲੋਕੇਸ਼ਨ 'ਤੇ। ਤੁਹਾਡੀ ਲੋਕੇਸ਼ਨ ਕਲੀਨ ਐਂਡ ਸਫਿਸਟੀਕੇਟਡ ਲੱਗਣੀ ਚਾਹੀਦੀ ਹੈ ਅਗਰ ਤੁਸੀਂ ਆਪਣੇ ਸ਼ੂਟ ਨੂੰ ਇੱਕ ਡਿਫਰੈਂਟ, ਇੱਕ ਆਊਟ ਆਫ ਦੀ ਬੋਕਸ ਫੀਲਿੰਗ ਦੇਣਾ ਚਾਹੁੰਦੇ ਹੋ।
एंड लास्टली आई वुड लाइक टू ऐड वन मोर बोनस पॉइंट, उदे विच ए है कि तुसी जिस लई भी शूट कर रहे हो, बीट मेकअप आर्टिस्ट और पर्सन हु इज़ अ डिज़ाइनर, आउटफिट डिज़ाइनर, उदे लई शूट कर रहे हो, सो मेक श्योर कि उदे नाल एक प्रॉपर डिस्कशन होवे पहला शूट तो एक दिन पहला या हफ्ता पहला कि तुसी ए चीज़ां प्लान कर रहे हो, तो उन्हां दे भी आइडियाज़ इनकॉर्पोरेट करन दी कोशिश करो, क्योंकि कई बार की हुंदा थोड़े माइंड च वो चीज़ नहीं आई हुंदी, थोनू कोई होर पर्सन वो आइडिया दिंदा है, तो बी वेरी ओपन टू एक्सेप्ट एडवाइसिस, एक्सेप्ट आइडियाज़, क्योंकि एनीबडी कैन बी अ क्रिएटिव पर्सन. सो आई वुड लाइक टू टेल, जस्ट शूट विद ऑल योर हार्ट एंड एनर्जी, हार्ट एंड सोल, एंड यू विल डेफिनेटली राइज एंड शाइन.